50 ਗ੍ਰਾਮ ਆਈਸ ਡਰੱਗ ਸਮੇਤ ਇੱਕ ਦੋਸ਼ੀ ਗ੍ਰਿਫਤਾਰ। ਕੱਲ੍ਹ ਪੰਜਾਬ ਪੁਲਿਸ ਅਤੇ BSF 101 ਬਟਾਲੀਅਨ ਦੀ ਸਰਹੱਦੀ ਚੌਂਕੀ ਮੀਆਂਵਾਲ ਹਥਾੜ ਦੇ ਖੇਤਾਂ ਵਿੱਚੋਂ 0.5 ਕਿਲੋ ਹੈਰੋਇਨ ਦੀ ਕੀਤੀ ਬਰਾਮਦਗੀ। ਵੱਖ ਵੱਖ ਮੁਕੱਦਮਿਆਂ ਵਿੱਚ ਪੰਜਾਬ ਪੁਲਿਸ ਨੇ ਕੀਤੀ ਵੱਡੀ ਸਫਲਤਾ ਹਾਸਲ। ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਕੋਈ ਵੀ ਜਿਹੜੀ ਨਸ਼ਿਆਂ ਪ੍ਰਤੀ ਪ੍ਰਾਪਤਗੀ ਹੁੰਦੀ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹਾਈਲਾਈਟ ਕਰਦੇ ਹੋ ਜੀ। ਮਾਨਯੋਗ CM ਸਾਹਿਬ ਪੰਜਾਬ, DIG ਸਾਹਿਬ, ਸ਼੍ਰੀਮਾਨ SSP ਸਾਹਿਬ ਬਹਾਦਰ ਦੀਆਂ ਹਦਾਇਤਾਂ ਦੇ ਉੱਪਰ ਟਾਊਨਸ਼ਿਪ ਖੇਮਕਰਨ ਦੇ ਏਰੀਆ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ, ਸਾਡੇ ਗੁਆਂਢੀ ਦੁਸ਼ਮਣ ਮੁਲਕ, ਅਸੀਂ ਤਾਂ ਦੁਸ਼ਮਣ ਹੀ ਕਹਾਂਗੇ ਜਿਹੜਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਉੱਤੇ ਲਾ ਰਿਹਾ ਆ, ਪਾਕਿਸਤਾਨ ਵੱਲੋਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਹਿੱਟ ਕਰਦਿਆਂ ਹੋਇਆਂ, ਉਹਨਾਂ ਨੂੰ ਕਰਾਰਾ ਜਵਾਬ ਦਿੰਦਿਆਂ ਹੋਇਆਂ ਅਸੀਂ ਆਪਣੀ ਇਹ ਓਪਰੇਸ਼ਨ ਜਿਹੜੇ ਅਲੱਗ ਅਲੱਗ ਏਰੀਏ ਦੇ ਵਿੱਚ ਜਾਰੀ ਰੱਖੇ ਹੋਏ ਨੇ, ਉਸੇ ਦੀ ਲੜੀ ਦੇ ਵਿੱਚ ਕੱਲ੍ਹ ਅਸੀਂ ਦਲਬਾਗ ਸਿੰਘ ਸਾਨੂੰ ਅਮਰਜੀਤ ਸਿੰਘ ਪਿੰਡ ਭੂਰਾ ਕੋ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 50 ਗ੍ਰਾਮ ਜਿਹੜੀ ਆਈਸ ਆ ਬਰਾਮਦ ਕੀਤੀ ਆ। ਇਹ ਆਲਰੇਡੀ ਹੀ ਇਸ ਦਾ ਮੇਨ ਸਪਲਾਈ ਇਹ ਟਾਊਨਸ਼ਿਪ ਜਿਹੜਾ ਕਾਫੀ ਚਿਰ ਤੋਂ ਜਿਹੜਾ ਦੋ ਦੋਸਤ ਨੇ, ਇੱਕ ਦੋਸਤ ਆ ਇਹਦਾ ਜਿਹੜਾ ਸਰਬਜੀਤ ਸਿੰਘ ਬੋਟਾ, ਉਹਨੂੰ ਵੀ ਅਸੀਂ ਛੇਤੀ ਕਾਬੂ ਕਰ ਰਹੇ ਹਾਂ। ਬਰੈਜ਼ਾਕਾਰ ਦੇ ਵਿੱਚ ਇਹ ਆ ਕੇ ਅਤੇ ਬੱਚਿਆਂ ਨੂੰ ਜਿਹੜਾ ਡਰੱਗ ਦੇ ਉੱਤੇ ਲਾ ਰਹੇ ਆ, ਨਸ਼ੇ ਵੰਡ ਰਹੇ ਆ, ਇਹਨੂੰ ਕੱਲ੍ਹ ਕਾਬੂ ਕਰ ਲਿਆ ਗਿਆ ਆ ਔਰ ਇਹਦਾ ਅਸੀਂ ਰਿਮਾਂਡ ਲੈਣ ਜਾ ਰਹੇ ਹਾਂ, ਜਿਹਦੀ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਇਹਦਾ ਦੂਸਰਾ ਸਾਥੀ ਵੀ ਛੇਤੀ ਜਿਹੜਾ ਸਲਾਖਾਂ ਦੇ ਪਿੱਛੇ ਹੋਊਗਾ। ਇਸ ਸੰਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 73 ਅੰਡਰ ਸੈਕਸ਼ਨ 21B(86) NDPS ਐਕਟ ਦੇ ਜਿਹੜਾ ਦਰਜ ਕਰਕੇ ਤਫਤੀਸ਼ ਉਹਦੀ ਅੱਗੇ ਸਾਡੀ ਚੇਨ, ਇਹ ਪੂਰੀ ਦੀ ਪੂਰੀ ਚੇਨ ਨੂੰ ਅਸੀਂ ਟਰੇਸ ਕਰਾਂਗੇ ਕਿ ਕਿੱਥੋਂ ਆ ਰਹੀ ਹੈ ਜਿਹੜੀ ਹੈ ਆਈ ਸੀ ਇਹਨਾਂ ਦੇ ਕੋਲ ਔਰ ਉਹ ਦਰਜ ਕੀਤਾ। ਉਸ ਤੋਂ ਇਲਾਵਾ ਇੱਕ BSF ਅਤੇ ਪੰਜਾਬ ਪੁਲਿਸ ਦੇ ਜੁਆਇੰਟ ਓਪਰੇਸ਼ਨ ਦੇ ਦੌਰਾਨ ਮੀਆਂਵਾਲਾ ਏਰੀਆ ਦੇ ਵਿੱਚੋਂ ਜਿਹੜਾ ਖੇਮਕਰਨ ਦੇ ਏਰੀਆ ਦੇ ਵਿੱਚ ਜਿਹੜੀ ਆ ਰਾਜ ਸਿੰਘ ਦੇ ਖੇਤਾਂ ਦੇ ਵਿੱਚੋਂ ਕੱਲ੍ਹ ਜਿਹੜੀ ਉਹ ਡਰੋਨ ਦੇ ਨਾਲ ਜਿਹੜੀ ਪਾਕਿਸਤਾਨ ਵੱਲੋਂ ਹੈਰੋਇਨ ਸੁੱਟੀ ਗਈ ਸੀ ਉਹਨੂੰ ਬਰਾਮਦ ਕਰ ਲਿਆ ਗਿਆ ਤਾਂ ਕਿ ਕਿਸੇ ਬੱਚਿਆਂ ਦੇ ਹੱਥਾਂ ਦੇ ਵਿੱਚ ਨਾ ਜਾ ਸਕੇ, ਕੋਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾ ਬਰਬਾਦ ਹੋ ਸਕਣ। 552 ਗ੍ਰਾਮ ਹੈਰੋਇਨ ਜਿਹੜੀ ਅਸੀਂ ਹੋਰ ਕਵਰ ਕੀਤੀ ਆ ਔਰ ਉਹਦੇ ਸੰਬੰਧ 'ਚ ਸਾਡੇ ਕੋਲ ਮੁਕੱਦਮਾ ਨੰਬਰ 74 ਅੰਡਰ ਸੈਕਸ਼ਨ 121C(85) NDPS ਐਕਟ ਦੇ ਥਾਣਾ ਖੇਮਕਰਨ ਦੇ ਵਿੱਚ ਦਰਜ ਕੀਤਾ ਗਿਆ ਆ ਔਰ ਸਾਡਾ ਇਹ ਓਪਰੇਸ਼ਨ ਅਖੀਰਲੇ ਸਾਹ ਤੱਕ ਜਿਹੜਾ ਆ ਇਹ ਲਗਾਤਾਰ ਕੰਟੀਨਿਊਸਲੀ ਇਸੇ ਤਰ੍ਹਾਂ ਚੱਲਦਾ ਰਹੂਗਾ ਔਰ ਅਸੀਂ ਆਪਣੇ ਗੁਆਂਢੀ ਮੁਲਕ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਕੋਈ ਵੀ ਚਾਲ ਜਿਹੜੀ ਆ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਦੀ ਔਰ ਇਹਨਾਂ ਨਸ਼ਿਆਂ ਨੂੰ ਫੈਲਾਉਣ ਦੀ ਕਾਮਯਾਬ ਨਹੀਂ ਹੋਣ ਦਿੱਤੀ ਜਾਊਗੀ ਔਰ ਜਿਹੜੀਆਂ ਤੁਹਾਡੀਆਂ ਕਾਲੀਆਂ ਭੇਡਾਂ ਜਿਹੜੀਆਂ ਇੱਧਰੋਂ ਵੀ ਸਾਥ ਦੇ ਰਹੀਆਂ ਆ ਅਸੀਂ ਉਹਨਾਂ ਨੂੰ ਵੀ ਗ੍ਰਿਫ ਕਰਕੇ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਪਹੁੰਚਾਵਾਂਗੇ। ਇਹਨਾਂ ਦੇ ਉੱਪਰ ਕੋਈ ਪਹਿਲਾਂ ਵੀ ਮੁਕੱਦਮਾ ਚੱਲਦਾ ਹੈ ਜਾਂ ਮਤਲਬ ਪਹਿਲਾਂ ਹੀ ਜੀ ਮੁਕੱਦਮਾ ਜਾਂ ਕੋਈ ਪਹਿਲਾਂ ਕੋਈ ਇਹਨਾਂ ਦੇ ਉੱਤੇ ਕੋਈ ਪਰਚਾ ਹੈ? ਉਹ ਅਸੀਂ ਸਾਰੀ ਪੜਤਾਲ ਕਰ ਰਹੇ ਹਾਂ ਜੀ, ਰਿਕਾਰਡ ਵੇਖਿਆ ਜਾ ਰਿਹਾ ਹੈ, ਜਿੰਨੇ ਅਗਰ ਇਹਨਾਂ ਦੇ ਖਿਲਾਫ ਐਨਡੀ ਦੇ ਮੁਕੱਦਮੇ ਪਹਿਲਾਂ ਹੋਣਗੇ ਉਹਦਾ ਵੀ ਅਸੀਂ ਇਹਨਾਂ ਦੇ ਚਲਾਨਾਂ ਦੇ ਵਿੱਚ ਅੰਦਰਾਜ਼ ਕਰਕੇ ਕਿ ਮਾਨਯੋਗ ਅਦਾਲਤ ਨੂੰ ਭੇਜਾਂਗੇ ਤਾਂ ਕਿ ਵੱਧ ਤੋਂ ਵੱਧ ਸਜ਼ਾ ਕਰਾਈ ਜਾਵੇ। ਇੱਕ ਪੰਜਾਬ ਦੀ ਪੀੜ੍ਹੀ ਨੂੰ ਬਚਾਉਣ ਦੇ ਲਈ ਤੁਹਾਡੇ ਕੋਲ ਕੀ ਮੈਸੇਜ ਹੈ ਕਿ ਇਸ ਨਸ਼ੇ ਵਰਗੀ ਲਾਲਚ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ? ਇਸ ਨਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਅੱਤਵਾਦ ਸ਼ੁਰੂ ਹੋਇਆ ਸੀ ਜੀ, ਜਦੋਂ ਤੱਕ ਪਬਲਿਕ ਨੇ ਸਾਡਾ ਸਾਥ ਦਿੱਤਾ ਸੀ ਅਤੇ ਉਦੋਂ ਉਹ ਅੱਤਵਾਦ ਖਤਮ ਹੋਇਆ ਸੀਗਾ। ਅਸੀਂ ਇਹੀ ਮੈਸੇਜ ਕਨਵੇ ਕਰਦੇ ਹਾਂ ਕਿ ਨਸ਼ਿਆਂ ਦੇ ਵਪਾਰੀਆਂ ਨੂੰ ਗ੍ਰਿਫ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਪੁਲਿਸ ਦਾ ਸਾਥ ਦਿਓ, ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ, ਖੇਡਾਂ ਵਾਲੇ ਪਾਸੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ,
ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਆ ਵਿੱਦਿਆ ਦੇ ਖੇਤਰ ਦੇ ਨਾਲ ਜੋੜਿਆ ਜਾਵੇ ਔਰ ਉਹਨਾਂ ਨੌਜਵਾਨਾਂ ਦੇ ਪ੍ਰਤੀ ਜਿਹੜੇ ਆ ਸੈਮੀਨਾਰ ਵੀ ਔਰਗਨਾਈਜ਼ ਕੀਤੇ ਜਾਣ। ਅਸੀਂ ਜਿਹੜੀਆਂ ਆਪਣੀਆਂ ਸਾਡੀਆਂ NGOs ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਸਾਡੇ ਸਾਥ ਦੀ ਲੋੜ ਆ ਸਾਡਾ ਸਾਥ ਲਓ, ਇਹਨਾਂ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਵਾਲੇ ਪਾਸਿਓਂ ਜਿਹੜਾ ਆ ਕੱਢਣ ਵਾਸਤੇ ਇਹਨਾਂ ਦਾ ਧਿਆਨ ਅੱਛੀਆਂ ਚੀਜ਼ਾਂ ਵੱਲ ਜਿਹੜਾ ਆ ਉਹ ਪ੍ਰੇਰਿਤ ਹੋਣਾ ਚਾਹੀਦਾ ਜੀ, ਤਾਂ ਕਿ ਪੰਜਾਬ ਦਾ ਭਲਾ। ਰਕਸਾਂ ਵਾਸਤੇ ਕੀ ਜਿਹੜਾ ਮੈਸੇਜ ਹੈ ਕਿ ਕਿਸ ਤਰ੍ਹਾਂ ਤੁਸੀਂ ਕਿ ਪੰਜਾਬ ਨੂੰ ਬਚਾਉਣ ਦੇ ਲਈ ਉਹ ਵੀ ਸਾਥ ਦੇਣ ਦੇ ਬੜਾ ਵਧੀਆ ਗੱਲ ਹੈ, ਜਿਹੜੇ ਤਰਕਸ ਜਿਹੜੀਆਂ ਇਹਨਾਂ ਚੀਜ਼ਾਂ ਦੇ ਤਰਕਸੀ ਕਰ ਰਹੇ ਜੀ। ਅਸੀਂ ਇਹੀ ਚੀਜ਼ ਹੈ ਕਿ ਇਹ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਪੰਜਾਬ ਸਰਕਾਰ ਪਹਿਲਾਂ ਹੀ ਨੌਜਵਾਨਾਂ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਆ ਔਰ ਪੁਲਿਸ ਵਿਭਾਗ ਸਾਡੇ ਵੱਲੋਂ ਵੀ ਅਜੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਥੋੜ੍ਹੇ ਦਿਨ ਪਹਿਲਾਂ ਸ੍ਰੀਮਾਨ SSP ਸਾਹਿਬ ਬਹਾਦਰ ਵੱਲੋਂ ਮੈਰਾਥਨ ਜਿਹੜੀ ਦੌੜ ਆ ਉਹ ਕਰਾਈ ਗਈ ਸੀਗੀ ਆਪਣੇ ਭਿੱਖੀ ਪਿੰਡ ਦੇ ਵਿੱਚ, ਜਿੱਥੇ ਬੱਚਿਆਂ ਨੇ ਵੱਧ ਚੜ੍ਹ ਕੇ ਆਪਣੇ ਪੇਰੈਂਟਸ ਦੇ ਨਾਲ ਜਿਹੜਾ ਸਾਥ ਲਿਆ ਸੀ। ਅਸੀਂ ਮਾਂ ਬਾਪ ਨੂੰ ਕਹਿੰਦੇ ਹਾਂ ਕਿ ਸਭ ਤੋਂ ਪਹਿਲਾਂ ਕੋਈ ਚੀਜ਼ ਸਿੱਖਦਾ ਬੱਚਾ ਆਪਣੇ ਘਰ ਤੋਂ ਆਪਣੇ ਮਾਂ ਬਾਪ ਤੋਂ ਸਿੱਖਦਾ ਕਿ ਮਾਂ ਬਾਪ ਆਪਣੇ ਬੱਚਿਆਂ ਦਾ ਖਿਆਲ ਰੱਖਣ, ਉਹਨਾਂ ਦੀ ਨਿਗਰਾਨੀ ਰੱਖਣ ਕਿ ਸਾਡਾ ਬੱਚਾ 24 ਆਵਰ ਕਿੱਥੇ ਰਹਿੰਦਾ, ਕਿਹੜੀ ਸੁਸਾਇਟੀ ਦੇ ਵਿੱਚ ਵਿਚਰਦਾ ਆ। ਅਤੇ ਸਾਰੀ ਸੁਸਾਇਟੀ ਮਿਲ ਕੇ ਅਗਰ ਅਸੀਂ ਲੋਕ ਇਕੱਠੇ ਹੋ ਕੇ ਸਾਰੇ, ਅਸੀਂ ਵੀ ਅਗਰ ਵਰਦੀ ਤੋਂ ਬਗੈਰ ਅਸੀਂ ਵੀ ਤੁਹਾਡਾ ਅਸੀਂ ਪਬਲਿਕ ਹੀ ਹਾਂ, ਆਪਾਂ ਸਾਰੇ ਅਗਰ ਇੱਕ ਟੀਮ ਬਣ ਕੇ ਇਸ ਚੀਜ਼ ਦੇ ਵਿੱਚ ਉਪਰਾਲਾ ਕਰਾਂਗੇ ਤਾਂ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਿਆਂ ਨੂੰ ਦੂਰ ਕਰ ਦਿਆਂਗੇ ਔਰ ਵਧੀਆ ਤਰੀਕੇ ਦੇ ਨਾਲ ਅਸੀਂ ਐਫਰਟਸ ਕਰ ਸਕਦੇ ਹਾਂ। ਥੈਂਕ ਯੂ।